एक्टिवा मगर सर तुहाडे वालों अज एक फार्म हाउस उत्ते रेड की गई है, की है पूरा मामला? है इतलाह सी भी उत्ते कोई बंदा मतलब गौ माता नूं कोई कट रहा है जी। अभी तुरंत कार्रवाई करते मौके पर पहुंचे जी, जिते जाके असी दो बंदों उत्थे जांदे मतलब फड़ लए ते उन्हां नूं असी गिरफ्तार कर लिया जी। सर की नाम है उन्हां दा, कित्थे दे रहिण वाले आ? मामा नाम एक मुहम्मद साजिद आ, एक दा नाम है अनीश जी। कित्थे ਕਿੱਥੇ ਦੇ ਰਹਿਣ ਵਾਲੇ ਆ? ਇਹ ਪਿਛਲੇ ਤਾਂ ਇੱਧਰ ਆਪਣੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਆ ਜੀ, ਤੇ ਉਹ ਤਾਂ ਇਹ ਲੋਕਲ ਇੱਥੇ ਰਹਿਦਾ ਜੰਦਰ ਜਾ ਰਹੇ ਆ। ਕਿੰਨੇ ਸਮੇਂ ਤੋਂ ਜਿਹੜਾ ਇਹ ਮਾਸ ਕੱਢਦੇ ਪਏ ਸੀਗੇ? ਸਾਨੂੰ ਜਦ ਤੱਕ ਪਹਿਲਾਂ ਨਹੀਂ ਸੀ ਫੜਿਆ ਉਹਨੂੰ, ਬਾਕੀ ਅਸੀਂ ਪੁੱਛਗਿੱਛ ਕਰਾਂਗੇ ਉਹਦੀ ਢੰਗਾਈ ਨਾਲ। ਸਰ ਪਤਾ ਲੱਗਿਆ ਹੁਣ ਤੱਕ ਕਿ ਇਹ ਮਾਸ ਨੂੰ ਵੇਚਦੇ ਸੀਗੇ ਜਾਂ ਆਪਣੇ ਖਾਣ ਲਈ ਲਿਆਉਂਦਾ ਸੀਗਾ ਇਹਨਾਂ ਨੇ? ਨਹੀਂ, ਇਹਦੇ ਬਾਰੇ ਅਸੀਂ ਤਬਦੀਲ ਕਰ ਰਹੇ ਹਾਂ, ਜੋ ਵੀ ਤੱਥ ਸਾਹਮਣੇ ਆਉਣਗੇ ਉਹ ਦੇਖਾਂਗੇ। ਤੇ ਜਿਹੜਾ ਫਾਰਮ ਹਾਊਸ ਸੀਗਾ ਪਤਾ ਲੱਗਿਆ ਉਹ ਕਿਹਦਾ ਆ ਤੇ ਉਹਦੇ ਉੱਤੇ ਵੀ ਕੋਈ ਕਾਰਵਾਈ ਹੋ ਰਹੀ ਹੈ? क्योंकि देखा जाए तो बाहरों की आके है ना, इतने आके रेंट के उत्ते रहना, तो जिन्होंने रेंट के उत्ते दिता फिर उन्होंने उत्ते कार्रवाई होगी? ओके, तो हूँ तक किन्ने जिहड़े बंदे आ तुसीं हिरासत चले आ? दो बंदे अरेस्ट कीते आ। ठीक है, एफ आई आर नंबर 77 ਖਿਲਾਫ ਉਹਨਾਂ ਦਰਜ ਕਰ ਦਿੱਤੀ ਆ ਜੀ। ਮੌਕੇ ਦੇ ਉੱਤੇ ਮਾਸ ਵੀ ਬਰਾਮਦ ਹੋਇਆ? ਕਿਹਨਾਂ ਦੇ ਬਿਆਨਾਂ ਦੇ ਉੱਤੇ ਜਿਹੜੀ ਹੈਗੀ ਆ? ਅਸੀਂ ਆਪਣੇ ਨੂੰ ਪਤਾ ਦੱਸਾਂ। ਠੀਕ, ਸਰ ਤੁਹਾਡੇ ਵੱਲੋਂ ਅੱਜ ਇੱਕ ਫਾਰਮ ਹਾਊਸ ਉੱਤੇ ਰੇਡ ਕੀਤੀ ਗਈ ਹੈ, ਕੀ ਹੈ ਪੂਰਾ ਮਾਮਲਾ? ਇਹਦੇ ਵਿੱਚ ਸਾਨੂੰ ਨਾ ਖੁਫੀਆ ਤੌਰ ਤੇ ਇਤਲਾਹ ਸੀ ਵੀ ਉੱਥੇ ਕੋਈ ਬੰਦਾ ਮਤਲਬ ਦੋ ਮਾਤਾ ਨੂੰ ਕੋਈ ਕੱਟ ਰਿਹਾ ਹੈਗਾ ਜੀ। ਅਸੀਂ ਤੁਰੰਤ ਕਾਰਵਾਈ ਕਰਦੇ ਅਸੀਂ ਮੌਕੇ 'ਤੇ ਪਹੁੰਚੇ ਜੀ, ਅਤੇ ਜਿੱਥੇ ਜਾ ਕੇ ਅਸੀਂ ਦੋ ਬੰਦਿਆਂ ਨੂੰ ਉੱਥੇ ਜਾਂਦੇ ਮਤਲਬ ਫੜ ਲਏ ਅਤੇ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਜੀ। ਸਰ ਕੀ ਨਾਮ ਹੈ ਉਹਨਾਂ ਦਾ, ਕਿੱਥੇ ਦੇ ਰਹਿਣ ਵਾਲੇ ਆ? ਮਾਮਾ ਨਾਮ ਇੱਕ ਦਾ ਮੁਹੰਮਦ ਸਾਜਿਦ ਆ, ਇੱਕ ਦਾ ਨਾਂ ਹੈਗਾ ਅਨੀਸ਼ ਜੀ। ਕਿੱਥੇ ਦੇ ਰਹਿਣ ਵਾਲੇ ਆ? ਇਹ ਪਿਛਲੇ ਤਾਂ ਇੱਧਰ ਆਪਣੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਆ ਜੀ, ਅਤੇ ਉਹ ਤਾਂ ਇਹ ਲੋਕਲ ਇੱਥੇ ਰਹਿਦਾ ਜੰਦਰ ਜਾ ਰਹੇ ਆ। ਕਿੰਨੇ ਸਮੇਂ ਤੋਂ ਜਿਹੜਾ ਇਹ ਮਾਸ ਕੱਢਦੇ ਪਏ ਸੀਗੇ? ਸਾਨੂੰ ਜਦ ਤੱਕ ਪਹਿਲਾਂ ਨਹੀਂ ਸੀ ਫੜਿਆ ਉਹਨੂੰ, ਬਾਕੀ ਅਸੀਂ ਪੁੱਛਗਿੱਛ ਕਰਾਂਗੇ ਉਹਦੀ ਢੰਗਾਈ ਨਾਲ। ਸਰ ਪਤਾ ਲੱਗਿਆ ਹੁਣ ਤੱਕ ਕਿ ਇਹ ਮਾਸ ਨੂੰ ਵੇਚਦੇ ਸੀਗੇ ਜਾਂ ਆਪਣੇ ਖਾਣ ਲਈ ਲਿਆਉਂਦਾ ਸੀਗਾ ਇਹਨਾਂ ਨੇ? ਨਹੀਂ, ਇਹਦੇ ਬਾਰੇ ਅਸੀਂ ਤਬਦੀਲ ਕਰ ਰਹੇ ਹਾਂ, ਜੋ ਵੀ ਤੱਥ ਸਾਹਮਣੇ ਆਉਣਗੇ ਦੇਖਾਂਗੇ। ਅਤੇ ਜਿਹੜਾ ਫਾਰਮ ਹਾਊਸ ਸੀਗਾ ਪਤਾ ਲੱਗਿਆ ਉਹ ਕਿਹਦਾ ਆ ਤੇ ਉਹਦੇ ਉੱਤੇ ਵੀ ਕੋਈ ਕਾਰਵਾਈ ਹੋ ਰਹੀ ਹੈ? ਬੰਦਾ ਤਾਂ ਕਹਿੰਦੇ ਬਾਹਰ ਰਹਿ ਰਿਹਾ ਫਾਰਮ ਦਾ ਮਾਲਕ ਜੀ, ਜਿਹਦਾ ਹੋਊਗਾ ਮਾਲਕ ਉਹਦੇ ਬਾਰੇ ਵੀ ਅਸੀਂ ਢੰਗਾਈ ਨਾਲ ਜਾਂਚ ਕਰਾਂਗੇ। ਕਿਉਂਕਿ ਦੇਖਿਆ ਜਾਵੇ ਤਾਂ ਬਾਹਰੋਂ ਦੀ ਆਣ ਕੇ ਹੈ ਨਾ, ਇੱਥੇ ਆਣ ਕੇ ਰੈਂਟ ਦੇ ਉੱਤੇ ਰਹਿਣਾ, ਅਤੇ ਜਿਨ੍ਹਾਂ ਨੇ ਰੈਂਟ ਦੇ ਉੱਤੇ ਦਿੱਤਾ ਫਿਰ ਉਹਨਾਂ ਦੇ ਉੱਤੇ ਕਾਰਵਾਈ ਹੋਏਗੀ? ਜੇ ਕੋਈ ਉਹਨਾਂ ਦਾ ਵਿੱਚ ਪਾਰਟ ਹੋਊਗਾ ਤਾਂ ਉਹਦੇ ਵੀ ਕਰਾਂਗੇ। ਓਕੇ, ਅਤੇ ਹੁਣ ਤੱਕ ਕਿੰਨੇ ਜਿਹੜੇ ਬੰਦੇ ਆ ਤੁਸੀਂ ਹਿਰਾਸਤ ਚਲੇ ਆ? ਅਸੀਂ ਦੋ ਬੰਦੇ ਅਰੈਸਟ ਕੀਤੇ ਆ। ਠੀਕ, ਅਤੇ ਐਫ ਆਈ ਆਰ ਨੰਬਰ 77 ਖਿਲਾਫ ਉਹਨਾਂ ਦਰਜ ਕਰ ਦਿੱਤੀ ਆ ਜੀ। ਮੌਕੇ ਦੇ ਉੱਤੇ ਮਾਸ ਵੀ ਬਰਾਮਦ ਹੋਇਆ? ਠੀਕ ਹੈ ਸਰ, ਕਿਹਨਾਂ ਦੇ ਬਿਆਨਾਂ ਦੇ ਉੱਤੇ ਜਿਹੜੀ ਹੈਗੀ ਆ? ਅਸੀਂ ਆਪਣੇ ਨੂੰ ਪਤਾ ਦੱਸਾਂ। ਠੀਕ ਹੈ।